लो जी अस्सलाम वालेकुम जनाब जी असी जनाब लाहौर दे विच लाहौर दे विच जानवरों का जिहड़ा फार्म बनया होया जिथे सेल परचेज होंदी है जानवरों की अज तुहानू असी दिखाण लगे हां और किहड़े किहड़े जानवर इत्थे है ने वह भी इंशाल्लाह असी तुहानू दिखावांगे। सब नालों पहले जिहड़ी है पहली कौड़ी है कड़ौती जी और सेल है असी तुहानू दिखाते जाने इस तरह टुरे जावांगे ਤੁਹਾਨੂੰ ਸਾਰੇ ਜਾਨਵਰ ਦਿਖਾਉਂਦੇ ਜਾਵਾਂਗੇ। ਉਸ ਤੋਂ ਬਾਅਦ ਜਨਾਬ ਇਹ ਕੁੜੀ ਫੋਰ ਸੇਲ ਹੈ ਜਿਹਨੀਆਂ ਕੁੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਰੀਆਂ ਰੇਟ ਵਾਲੀ ਕੁੜੀ ਹੈ ਜੀ ਇਹ ਦੇਖੋ ਘੋੜਾ ਜੀ ਫੋਰ ਸੇਲ। ਅਗਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਜਨਾਬ ਤੁਸੀਂ ਵਿਜ਼ਿਟ ਕਰ ਸਕਦੇ ਜੀ। ਉਸ ਤੋਂ ਬਾਅਦ ਇਹ ਘੋੜਾ ਹੈਗਾ ਜੀ ਇਹ ਘੋੜਾ ਫੋਰ ਸੇਲ ਹੈ ਅਤੇ ਜੇਕਰ ਤੁਸੀਂ ਜਨਾਬ ਵਿਜ਼ਿਟ ਕਰਨਾ ਚਾਹੋ ਤਾਂ ਤੁਸੀਂ ਵਿਜ਼ਿਟ ਕਿਵੇਂ ਕਰੋਗੇ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਐਵੇਂ ਨਾ ਤੁਸੀਂ ਭੁੱਲੇ ਰਿਹਾ ਜੇ ਤੁਸੀਂ ਆਵੋਗੇ ਨਾ ਲਾਹੌਰ ਅਤੇ ਸ਼ੁਦਰੇ ਦੇ ਕੋਲ ਕਿਸੇ ਕੋਲ ਪੁੱਛ ਲਾ ਜੇ ਫਰਖਾਬਾਦ ਉੱਤੇ ਜਾਣਾ ਅਤੇ ਫਰਖਾਬਾਦ ਤੋਂ ਜਾ ਕੇ ਅਤੇ ਤੁਸੀਂ ਕਿਸੇ ਕੋਲ ਪੁੱਛ ਲੈਣਾ ਕਿ ਜੀ ਇੱਥੇ ਘੋੜੇ ਵਿਕਦੇ ਨੇ ਅਤੇ ਘੋੜੇ ਵਿਕਦੇ ਨੇ ਅਤੇ ਕਿਹੜੀ ਜਗ੍ਹਾ ਵਿਕਦੇ ਨੇ ਅਸੀਂ ਜਾਣਾ ਚਾਹੁੰਦੇ ਹਾਂ ਅਤੇ ਉਹ ਜਨਾਬ ਤੁਹਾਨੂੰ ਦੱਸ ਦੇਣਗੇ ਵੀ ਇਹ ਘੋੜੇ ਕਿੱਥੇ ਹੈ। ਅਤੇ ਮਾਸ਼ਾਅੱਲਾ ਇਹ ਘੋੜੇ ਜਿਹੜੇ ਹੈਗੇ ਨੇ ਸਾਰੇ ਹੀ ਫੋਰ ਸੇਲ ਹੈਗੇ ਨੇ। ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਜਨਾਬ ਤੁਸੀਂ ਲੈ ਸਕਦੇ ਜੇ ਔਰ ਇੱਥੇ ਆ ਕੇ ਤੁਸੀਂ ਘੋੜਾ ਪਸੰਦ ਕਰ ਸਕਦੇ ਜੇ ਕਿਸੇ ਚੀਜ਼ ਵਾਸਤੇ ਵੀ। ਅਗਰ ਤੁਸੀਂ ਲੈਣਾ ਚਾਹੁੰਦੇ ਹੋ ਡਾਂਸਲ ਵਾਸਤੇ ਲੈਣਾ ਚਾਹੁੰਦੇ ਹੋ ਭੱਜਣ ਵਾਸਤੇ ਲੈਣਾ ਚਾਹੁੰਦੇ ਹੋ ਸਵਾਰੀ ਵਾਸਤੇ ਲੈਣਾ ਚਾਹੁੰਦੇ ਹੋ ਤਾਂ ਜਨਾਬ ਤੁਹਾਨੂੰ ਇਹ ਜਾਨਵਰ ਮਿਲ ਜਾਣਗੇ। ਅਗਰ ਤੁਸੀਂ ਬੱਚੇ ਦੀ ਰਾਈਡਿੰਗ ਵਾਸਤੇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਜਾਨਵਰ ਜਨਾਬ ਇੱਥੋਂ ਤੁਹਾਨੂੰ ਮਿਲ ਜਾਣਗੇ ਔਰ ਅਗਰ ਤੁਸੀਂ ਹੋਰ ਕਿਸੇ ਕੰਮ ਵਾਸਤੇ ਵੀ ਜਾਨਵਰ ਲੈਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਮਿਲ ਜਾਣਗੇ ਅਤੇ ਜਾਨਵਰ ਜਿਹੜੇ ਹੈਗੇ ਨੇ ਸਾਰੇ ਸੀਲ ਸਾਊ ਹੈਗੇ ਨੇ ਅਤੇ ਤੁਸੀਂ ਜਨਾਬ ਇੱਥੇ ਵਿਜ਼ਿਟ ਕਰਨਾ ਚਾਹੋ ਤਾਂ ਵਿਜ਼ਿਟ ਕਰ ਸਕਦੇ ਜੇ। ਲਓ ਜਨਾਬ ਹੈ ਮਾਸ਼ਾਅੱਲਾ ਸਾਰੇ ਘੋੜੇ ਜਿਹੜੇ ਹੈਗੇ ਨੇ ਤੁਹਾਨੂੰ ਅਸੀਂ ਜਿਹੜੇ ਦਿਖਾਏ ਨੇ ਇਸ ਵਕਤ ਮੌਜੂਦ ਨੇ ਔਰ ਇਹ ਸਾਰੇ ਘੋੜੇ ਜਨਾਬ ਹਿਕਮਤੁੱਲਾ ਦੇ ਕੋਲ ਨੇ ਔਰ ਇਹਨਾਂ ਦੇ ਇੱਥੇ ਫਾਰਮ 'ਤੇ ਨੇ। ਲੋਕ ਇੱਥੇ ਕਾਫੀ ਆਉਂਦੇ ਨੇ ਵਿਜ਼ਿਟ ਕਰਦੇ ਨੇ ਔਰ ਘੋੜੇ ਖਰੀਦਦੇ ਨੇ। ਤੁਹਾਨੂੰ ਇੱਥੇ ਮਾਸ਼ਾਅੱਲਾ ਘੋੜੇ ਜਿਹੜੇ ਨੇ ਉਹ ਇੱਥੇ ਮਿਲ ਜਾਣਗੇ ਅੱਛੇ ਘੋੜੇ ਮਿਲ ਜਾਣਗੇ ਔਰ ਮਾਸ਼ਾਅੱਲਾ ਲਿਖ ਪੜ੍ਹ ਕਰਕੇ ਜਨਾਬ ਡੇਰੇ ਦੀ ਬਹੁਤ ਗੱਲ ਹੁੰਦੀ ਹੈ। ਅਗਰ ਤੁਸੀਂ ਡੇਰੇ ਦੇ ਉੱਤੇ ਜਾਨਵਰ ਲੈਂਦੇ ਜੇ ਕੱਲ੍ਹ ਨੂੰ ਬੰਦਾ ਉਲਾਮਾ ਦੇਣ ਵਾਲਾ ਹੁੰਦਾ ਅਤੇ ਇਹ ਦੇਖੋ ਔਰ ਇਹ ਦੇਖੋ ਹਰ ਕੈਟਾਗਰੀ ਦਾ ਜਨਾਬ ਤੁਹਾਨੂੰ ਇੱਥੇ ਜਾਨਵਰ ਮਿਲ ਜਾਏਗਾ। ਥੋੜ੍ਹੇ ਪੈਸਿਆਂ ਦੇ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਥੋੜ੍ਹੇ ਪੈਸਿਆਂ ਦੇ ਵੀ ਪੰਜ ਕਲਿਆਣ ਵੀ ਘੋੜੇ ਖੜ੍ਹੇ ਨੇ ਜਾਨਵਰ ਖਲੋਤੇ ਹੋਏ ਨੇ। ਇੱਕ ਹੈ ਵਾਈਟ ਕਲਰ ਦਾ ਜਿਹੜਾ ਹੈਗਾ ਨਾ ਇਹ ਜਾਨਵਰ ਖਲੋਤਾ ਹੋਇਆ ਜੇ ਇਹ ਘੋੜਾ ਖਲੋਤਾ ਹੋਇਆ ਜੇ ਇਹ ਸਾਰੇ ਮਾਸ਼ਾਅੱਲਾ ਐਕਟਿਵ ਅਤੇ ਔਰ ਬਹੁਤ ਹੀ ਖੂਬਸੂਰਤ ਜਨਾਬ ਘੋੜੇ ਨੇ। ਇਹ ਜਿਹੜੇ ਇੱਕ ਇਸ ਸਾਵੇ ਰੰਗ ਦਾ ਇਹ ਘੋੜਾ ਖਲੋਤਾ ਹੈ ਉਸ ਤੋਂ ਬਾਅਦ ਉਹ ਅੱਗੇ ਸਫੇਦ ਕਲਰ ਦਾ ਛਾਪੇਦਾਰ ਸਫੇਦ ਉਹ ਖਲੋਤਾ ਹੋਇਆ ਘੋੜਾ। ਮਾਸ਼ਾਅੱਲਾ ਜਾਨਵਰ ਜੇ ਇੱਥੇ ਤਕਰੀਬਨ 30-35 ਜਾਨਵਰ 40 ਜਾਨਵਰ ਉਹ ਜਨਾਬ ਐਟ ਏ ਟਾਈਮ 24 ਆਵਰ ਜਨਾਬ ਇਹ ਖਲੋਤੇ ਹੁੰਦੇ ਨੇ ਔਰ ਬੰਦੇ ਇੱਥੇ ਹੀ ਹੁੰਦੇ ਨੇ। ਅਗਰ ਤੁਸੀਂ ਕਿਤੇ ਵੀ ਤੁਸੀਂ ਅਗਰ ਚੱਕਰ ਲਗਾਉਣਾ ਚਾਹੁੰਦੇ ਹੋ ਤਾਂ ਇਹ ਜਨਾਬ ਤੁਸੀਂ ਇੱਥੋਂ ਲਗਾ ਸਕਦੇ ਜੇ। ਇਹ ਦੇਖੋ ਪਾਣੀ ਦਾ ਵੀ ਇੰਤਜ਼ਾਮ ਹੈ ਹਰ ਚੀਜ਼ ਦਾ ਇੰਤਜ਼ਾਮ ਹੈ ਇੱਥੇ ਅਤੇ ਇਹ ਦੇਖੋ ਇਹ ਸਾਰੇ ਜਾਨਵਰ ਜਿਹਨੇ ਤੁਹਾਨੂੰ ਦਿਖਾਏ ਜੇ ਇਹ ਮਾਸ਼ਾਅੱਲਾ ਸਾਰੇ ਇੱਥੇ ਹੈ ਨੇ। ਥੋੜ੍ਹੇ ਪੈਸਿਆਂ ਨਾਲ ਵੀ ਤੁਹਾਨੂੰ ਇੱਥੋਂ ਅੱਛਾ ਜਾਨਵਰ ਮਿਲ ਜਾਏਗਾ। ਇਹ ਦੇਖੋ ਔਰ ਇੱਕ ਕਤਾਰ ਜਿਹੜੀ ਇਹ ਜਾਨਵਰਾਂ ਦੀ ਗਿਜੇ ਅਤੇ ਦੂਸਰੀ ਕਤਾਰ ਜਿਹੜੀ ਇਹ ਜਾਨਵਰ ਨੇ ਇਹ ਜਾਨਵਰ ਉਹਨਾਂ ਦੀ ਨਿਸਬਤ ਜਿਹੜਾ ਹੈਗਾ ਨਾ ਉਹ ਮਹਿੰਗੇ ਨੇ। ਸਵਾਰੀ ਵਾਲੇ ਨੇ, ਨੇਜ਼ਾਬਾਜ਼ੀ ਵਾਲੇ ਨੇ, ਡਾਂਸ ਵਾਲੇ ਨੇ, ਪ੍ਰੋਫੈਸ਼ਨਲ ਡਾਂਸ ਵਾਲੇ ਨੇ ਇਹ ਜਾਨਵਰ ਜਿੰਨੇ ਵੀ ਇਸ ਸਾਈਡ ਦੇ ਉੱਤੇ ਹੈਗੇ ਨੇ ਇਹ ਖਲੋਤੇ ਨੇ ਮੁਕੰਮਲ ਤੌਰ ਦੇ ਉੱਤੇ। ਇਹ ਦੇਖੋ ਮੁਕੰਮਲ ਐਕਟਿਵ ਜਾਨਵਰ ਨੇ, ਕੋਈ ਸੁਸਤ ਨਹੀਂ, ਬਿਮਾਰ ਨਹੀਂ, ਹਰ ਚੀਜ਼ ਦੀ ਗਰੰਟੀ ਨਾਲ ਹੈ। ਔਰ ਇਹ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਵੀ ਘੋੜੀ, ਇਹ ਦੇਖੋ ਇਹ ਜਿਹੜੀ ਸਾਵੀ ਘੋੜੀ ਜੇ
लो जी आ कुड़ी तुहानू सांभी असीं दिखा लगे जे राइडिंग वास्ते जिहड़ी इहनां बच्चों नूं अगर तुसीं सिखाना चाहते जे शौक दिखाना चाहते जे बच्चों नूं राइडिंग वास्ते तो जिस तरह मर्जी भावें दो बच्चे बहा दिओ भावें तीन बच्चे बिठा दिओ कोई मसला ही नहीं है। खोल के तुहानू असीं दिखाईए कि उरले पासे इहदा जिहड़ा ना चेहरा उरले पासे कर दईए और हथ पैर जिहड़े ने वेखो खुरां दे उत्ते तेल शेल लग्या होया अगे वी तेल शेल लग्या हिफाजत जानवरां दी इत्थे बहुत माशाला करदे ने और वालां नूं तेल शेल भी लांदे जे और साफ सुथरे जानवर हैगे ने इन जनाब अगर तुम राइडिंग वास्ते लैनी हो बच्चों वास्ते लैनी हो तो लै सकते जे ए देखो माशाला बहुत कमाल और बहुत लंबी घोड़ी है वेल की घोड़ी लंबी हैगी है तो यह नहीं है कि सुस्त हैगी है बहुत बहुत माशाला कमाल घोड़ी है। यह देखो तो जनाब अगर तुम जानवर लेना चाहते जे एक दफ़ा जोड़ा ना वो विजिट जरूर तुम करो तो जानवर के बारे जो इतने आवोंगे तो इन शाला तला उम्मीद है कि तुम इतों जानवर जोड़ा वो कोई ना कोई जरूर लैके जाओगे। ए देखो माशाला बहुत खूबसूरत घोड़ी है जनाब बंदा बैठा हो जज जाएगा बच्चा बिठाओगे लौंगे तो यह सील हैगी बिल्कुल सील कोई उन्हें लत लुत नहीं कोई चक चुक नहीं है जिस तरह मर्जी उन्हों घर रखो कोई इनका जोड़ा है ना खतरा खतरा नहीं है। और जितों तक पैरों की गल है जनाब यह देखो यह पैर है जी ए पिछले तुसी वेख लो खुर उस तो बाद तुसी अगले वेख लो बिल्कुल काने वर्गियां लत्तां हैगियां जी और खिर खुर भी जिहड़े ना गुलाई दे विच हैगे ने यह जिहड़ा तुहानू चमकाहट नज़र आती पई ये जनाब खुरां दे उत्ते तेल तूल लाते हैं और इन्हां दी जिहड़ी सफाई का इंतजाम हुंदा ताकि खुरां दे विच कीड़ा ना लग जाए या कोई होर गंद गुंद ना फसिया होवे। तो लो जनाब माशाला यह घोड़ी बहुत अच्छी घोड़ी है अगर कोई शौक वाला कोई राइडिंग वास्ते बच्चों के राइडिंग वास्ते रखने वास्ते और इनकी ब्रीडिंग जी है ना वो बच्चा लेना चाहते हो इन को तो भी जनाब तुम इंशाल्लाह मिल जाएगा। उस तो बाद जी नाल ही एक होर यह जानवर जे माशाल्लाह जानवर तो सारे बड़े प्यारे ने और यह देखो यह भी घोड़ा जोड़ा है ना बहुत प्यारा माशाल्लाह बहुत खूबसूरत घोड़ा राइडिंग वास्ते बहुत सोहना प्रोफेशनल डांस वास्ते बहुत अच्छे घोड़े इन्हां दे कोले मौजूद हैगे ने हिकमतुल्ला कोले जनाब हैगे ने डिस्क्रिप्शन दे विच जनाब असीं नंबर भी उन्हां दा शेयर कर देंगे ताकि अगर तुसीं उन्हां दे नाल राबता कायम करना चाहो तो तुसीं राबता कर सकते जे ते माशाल्लाह तो लो जनाब माशाल्लाह एक बड़ी जरूरी तुहाडे नाल गल भी करनी कि मेरी वीडियो चुक के अक्सर जिहड़े दोस्त ने वो डबलिंग करके आवाज़ होर भर के ते वो फ्राड फ्रूड का भी कोई चक्कर सामने मेरे आ रहा है और हिकमत भाई ने भी मेरे नाल वो दस्या कि यह जी मेरे जानवर की यानी मिसयूज़ करते हैं तो यह भी ज़रा जिहड़े कर रहे हैं उन्हें अगे गुजारिश है कि थोड़ी मेहरबानी इस तरह तुम ना करो और जिहड़ा जानवर लेना चाहता वो जनाब जिहड़ा डायरैक्ट जिहड़ा हिकमत नाल राबता कायम करो होर किसी बंदे नाल राबता ना करो तुहानू जेकर पता लग जाता कि वीडियो के अंदर मैं हैगा या कोई होर है तो जरूर तुम उनकी जान पहचान कर लिया करो कोई तुहाडे नाल कोई फ्राड या कोई हाथ ना हो जाए तुसीं डायरैक्ट जिहड़ा ना हिकमत नाल राबता करो क्योंकि हिकमत का नंबर जिहड़ा डिस्क्रिप्शन दे विच मैं इंशाल्लाह लिख देंगा और जेकर तुहानू फर्ज़ किया कि कोई समझ नहीं आती हिकमत नहीं आती तो जनाब मेरा नंबर भी तुहाडे कोल हैगा वीडियो नूं मुकम्मल तौर दे उत्ते जांच पड़ताल करके फिर ही तुसीं अगले बंदे नाल गल करिया करो कि जिहड़ा वो गल की हैगी ऐ ना होवे कि घोड़ा किसी होर दा होवे ते लैन वाला कोई होर होवे ते कीमत कोई होर होवे ते अगो जिहड़ा हैगा ना वो तुसी वो काम साडा जिहड़ा ना वो खराब हो जाए। तो लो जनाब माशाल्लाह अगर तुसी विजिट करना चाहो तो तुसी विजिट कर सकते जी इंशाल्लाह खुश आमदीद कहांगे तुहानू इस फार्म दे उत्ते ते माशाल्लाह तुहानू खूबसूरत और अच्छे जिहड़े ने वो घोड़े आ देखो पूरी लैन घोड़ियां दी लगी हुई है 40-45 घोड़ा हर दम जिहड़ा जनाब इत्थे मौजूद हैगे ने हर रेट दा हर कीमत का घोड़ा तुहानू इत्थों जनाब मिल जाएगा। तो वीडियो साड़ी अच्छी लगी होवे तो लाइक एंड शेयर जरूर कीजिएगा दोस्तों के नाल जिहड़ा वो शेयर करे जे और किसी दोस्त ने जेकर लेना होवे तो दोस्त नूं तुसीं दसो कि लाहौर दे विच भी हॉर्स जिहड़ा फॉर सेल मिलते ने और तुसीं लै सकते जे तो इंशाल्लाह दोबारा फिर तुहाडे नाल मुलाकात होगी। इजाजत चाहते हैं जनाब इंशाल्लाह दुआगू हाँ तुहाडे वास्ते और इंशाल्लाह दोबारा फिर मुलाकात होगी तुहाडे नाल अल्लाह हाफिज़ फी मानुल्लाह जी।